ਪੰਜਾਬੀ ਸਪੋਰਟਸ ਵੱਲੋਂ ਪਲੇਅਰ ਆਫ ਦ ਈਅਰ ਅਵਾਰਡਸ ਦਿੱਤੇ ਜਾ ਰਹੇ ਹਨ। ਤੁਸੀਂ ਵੀ punjabisports.com ਤੇ ਜਾ ਕੇ ਫ੍ਰੀ ਵਿੱਚ ਰਜਿਸਟਰ ਕਰ ਸਕਦੇ ਹੋ ਅਤੇ ਕੈਸ਼ ਪ੍ਰਾਈਜ਼ ਜਿੱਤ ਸਕਦੇ ਹੋ। ਰਜਿਸਟ੍ਰੇਸ਼ਨ ਬਿਲਕੁਲ ਫ੍ਰੀ ਹੈ, ਸਿਰਫ ਉਹਨਾਂ ਖਿਡਾਰੀਆਂ ਵਿੱਚ ਹੀ ਸਿਲੈਕਸ਼ਨ ਕੀਤੀ ਜਾਵੇਗੀ ਜੋ ਸਾਡੀ ਵੈਬਸਾਈਟ ਤੇ ਜਾ ਕੇ ਰਜਿਸਟਰ ਹੋਣਗੇ। ਹੁਣ ਦੇਖਦੇ ਹਾਂ ਰਵੀ ਸੋਢੀ ਨਾਲ ਕੀਤੀ ਇਹ ਇੰਟਰਵਿਊ। ਰਵੀ ਸੋਢੀ ਆਪਣੇ ਸਮੇਂ ਦੇ ਬਹੁਤ ਵਧੀਆ ਰੈਸਲਰ ਰਹੇ ਹਨ। ਰੈਸਲਿੰਗ ਇੱਕ ਜ਼ੋਰ ਅਜ਼ਮਾਇਸ਼ ਵਾਲੀ ਖੇਡ ਹੈ। ਇਸ ਖੇਡ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ ਅਤੇ ਕਈ ਤਰ੍ਹਾਂ ਦੇ ਵੱਖੋ ਵੱਖਰੇ ਨਿਯਮ ਹਨ। ਰਵੀ ਸੋਢੀ ਨੇ ਆਪਣੀ ਪਹਿਲਵਾਨੀ ਨੂੰ ਜਦੋਂ ਸ਼ੁਰੂ ਕੀਤਾ ਉਸੇ ਸਮੇਂ ਤੋਂ ਹੀ ਉਹ ਇਸ ਖੇਡ ਨੂੰ ਇੰਨਾ ਪਸੰਦ ਕਰਨ ਲੱਗਾ ਕਿ ਉਸਨੇ ਰੈਸਲਿੰਗ ਨੂੰ ਹੀ ਆਪਣਾ ਕੈਰੀਅਰ ਬਣਾਉਣ ਦਾ ਟੀਚਾ ਮੰਨ ਲਿਆ। ਰੈਸਲਿੰਗ ਤਾਂ ਮੈਂ ਤਕਰੀਬਨ 10-11 ਸਾਲ ਦੀ ਉਮਰ ਦੇ ਵਿੱਚ ਸ਼ੁਰੂ ਕੀਤੀ। ਆਪਣੇ ਵਿਲੀਅਮਸ ਲੇਕ ਦੇ ਵਿੱਚ ਪਹਿਲਾਂ ਅਖਾੜਾ ਹੁੰਦਾ ਸੀ, ਉੱਥੇ ਪਾਲ ਤਕਲਵੰਤ ਸਿੰਘ ਨਿੱਜਰ ਹੋਣੀ ਚਲਾਉਂਦੇ, ਤਾਂ ਉਹਨਾਂ ਦੇ ਕੋਲ ਮੈਂ ਭਲਵਾਨੀ ਉੱਥੇ ਸ਼ੁਰੂ ਕੀਤੀ ਆ। ਤਾਂ ਉਸ ਤੋਂ ਬਾਅਦ ਵੈਨਕੂਵਰ ਆ ਗਿਆ ਇੱਥੇ ਆਪਣੇ ਮਾਮਾ ਜੀ ਹੋਣਾ ਕੋਲ, ਇੱਥੇ ਸਾਇਮਨ ਫਰੇਜ਼ਰ ਯੂਨੀਵਰਸਿਟੀ ਟ੍ਰੇਨਿੰਗ ਕਰਨ ਨੂੰ। ਤਾਂ ਬਸ ਉਸ ਤੋਂ ਬਾਅਦ ਉਸ ਟਾਈਮ ਤੋਂ ਸ਼ੁਰੂ ਹੋਇਆ, ਹੁਣ ਬਸ ਭਲਵਾਨੀ 'ਚ ਤੁਰੇ ਆਉਂਦੇ ਹਾਂ, ਹੁਣ ਇਸ ਵੇਲੇ ਕੋਚਿੰਗ ਦੇ ਵਿੱਚ ਇਨਵੋਲਵ ਹਾਂ। ਰੈਸਲਿੰਗ ਤਾਂ ਇਸ ਤਰ੍ਹਾਂ ਸ਼ੁਰੂ ਕੀਤੀ ਪਈ, ਉਸ ਟਾਈਮ ਸਾਡੇ ਘਰਦਿਆਂ ਨੂੰ ਵੀ ਸ਼ੌਂਕ ਸੀ ਵੀ ਘਰ 'ਚ ਕਿਸੇ ਦੀ ਭਲਵਾਨੀ ਕਰਾਈਏ, ਤਾਂ ਹੌਲੀ ਹੌਲੀ ਘਰਦਿਆਂ ਨੂੰ ਮੈਨੂੰ ਵੀ ਸ਼ੌਂਕ ਪੈ ਗਿਆ ਵੀ ਕਿਸੇ ਲੈਵਲ 'ਤੇ ਪਹੁੰਚਣਾ, ਆਪਣੀ ਨੈਸ਼ਨਲ ਟੀਮ 'ਤੇ ਪਹੁੰਚਣਾ, ਚਾਹੇ ਆਪਣੇ ਜਿੰਨੇ ਗੁਰੂ ਘਰਾਂ ਦੇ ਟੂਰਨਾਮੈਂਟ ਹੁੰਦੇ ਪਏ ਇਹਨਾਂ 'ਚ ਜਿੱਤ ਹਾਸਲ ਕਰੀਏ। ਰਵੀ ਨੇ ਅਣਗਿਣਤ ਮੁਕਾਬਲਿਆਂ ਵਿੱਚ ਹਿੱਸਾ ਲਿਆ। ਉਸਨੇ ਅਜਿਹੇ ਸਮੇਂ ਵਿੱਚ ਆਪਣੇ ਜ਼ੋਰ ਅਤੇ ਤਕਨੀਕ ਨਾਲ ਬਹੁਤ ਸਾਰੇ ਟੂਰਨਾਮੈਂਟ ਅਤੇ ਅਵਾਰਡ ਜਿੱਤੇ ਜਦੋਂ ਇਸ ਖੇਡ ਵਿੱਚ ਮੇਨ ਸਟ੍ਰੀਮ ਕਮਿਊਨਿਟੀ ਦਾ ਬੋਲਬਾਲਾ ਸੀ। ਪਰ ਰਵੀ ਨੇ ਕਿਸੇ ਦਾ ਦਬਾਅ ਨਹੀਂ ਮੰਨਿਆ, ਭਾਵੇਂ ਉਹ ਪਹਿਲਵਾਨ ਕਿਸੇ ਵੀ ਖੇਤਰ ਤੋਂ ਆਇਆ ਹੋਵੇ। ਰਵੀ ਨੇ ਕਦੇ ਆਪਣੇ ਆਪ ਨੂੰ ਦੂਸਰੇ ਪਹਿਲਵਾਨ ਨਾਲੋਂ ਘੱਟ ਨਹੀਂ ਮੰਨਿਆ। ਕੰਪੀਟੀਸ਼ਨ ਤਾਂ ਫਿਰ ਸਾਰੀ ਕ੍ਰੀਏਟਸ ਬਹੁਤ ਹੋ ਜਾਂਦੇ ਆ। ਜਿਹੜੇ ਮੇਨ ਹੈਗੇ ਆ ਆਪਣੇ ਸਕੂਲਾਂ ਦੇ ਵਿੱਚ, BC ਹਾਈ ਸਕੂਲ ਚੈਂਪੀਅਨ, ਚੈਂਪੀਅਨਸ਼ਿਪ ਦਾ ਗੋਲਡ ਮੈਡਲ ਹੈਗਾ, ਕੈਨੇਡਾ ਸਮਰ ਗੇਮਸ ਦਾ ਮੈਡਲ, ਜੂਨੀਅਰ ਨੈਸ਼ਨਲ ਦੇ ਮੈਡਲ ਹੈਗੇ ਆ। ਤਾਂ ਆਪਣੇ ਸੀਨੀਅਰ ਨੈਸ਼ਨਲ ਦੇ ਲੈਵਲ 'ਤੇ ਹੀ 8 ਮੇਰੇ ਸੀਨੀਅਰ ਨੈਸ਼ਨਲ ਦੇ ਵਿੱਚੋਂ ਮੈਡਲ ਹੈਗੇ ਆ, 2 ਗੋਲਡ ਅਤੇ 6 ਸਿਲਵਰ, ਅਤੇ 1997 ਦੇ ਵਿੱਚ ਕਾਮਨਵੈਲਥ ਚੈਂਪੀਅਨਸ਼ਿਪ ਦਾ ਗੋਲਡ ਮੈਡਲ। ਪਹਿਲਵਾਨ ਹੁਣ ਤਾਂ ਪਹਿਲਵਾਨ ਆਪਣੀ ਕਮਿਊਨਿਟੀ ਦੇ ਬਹੁਤ ਜ਼ਿਆਦਾ ਹੋ ਗਏ ਆ, ਕਿਉਂ ਕਲੱਬ ਵੀ ਹੁਣ ਇਸ ਵੇਲੇ ਕਾਫੀ ਚੱਲ ਰਹੇ ਆ, ਵਧੀਆ ਕੋਚਿਸ ਰੱਖੇ ਹੋਏ ਸਾਰੇ। ਤਾਂ ਪਹਿਲਵਾਨੀ ਦੇ ਵਿੱਚ ਬਹੁਤ ਚੇਂਜਿਸ ਆ ਰਹੀਆਂ। ਤਾਂ ਪਿਛਲੇ 10 ਸਾਲਾਂ ਦੇ ਵਿੱਚ ਤਾਂ ਆਪਣੇ ਮੁੰਡੇ ਨੈਸ਼ਨਲ ਲੈਵਲ 'ਤੇ ਵੀ ਵਧੀਆ ਮੱਲਾ ਮਾਰ ਰਹੇ ਆ। ਤਾਂ ਕਿਉਂਕਿ ਕੋਚਿਸ ਬਾਹਰੋਂ ਮੰਗਾ ਲਏ ਕੋਈ ਜਿਹੜੇ ਵਧੀਆ ਭਲਵਾਨ, ਜਿਸ ਤਰ੍ਹਾਂ ਨਸੀਰ ਪਹਿਲਵਾਨ ਹੋਇਆ ਸਾਡੀ ਕਲੱਬ 'ਚ ਕੋਚਿੰਗ ਦੇ ਰਿਹਾ। ਸੋ ਬਹੁਤ ਫਰਕ ਪਿਆ ਸਾਡੀ ਕਮਿਊਨਿਟੀ ਨੂੰ, ਜਿਹੜੇ ਬਾਹਰਲੇ ਬੰਦਿਆਂ ਨਾਲ ਅਸੀਂ ਰਲ ਮਿਲ ਕੇ ਭਲਵਾਨੀ ਕਰਾ ਰਹੇ ਹਾਂ। ਪਹਿਲਾਂ ਤਾਂ ਆਪਣੇ ਪੰਜਾਬੀ ਮੁੰਡੇ ਨੈਸ਼ਨਲ ਲੈਵਲ 'ਤੇ ਘੱਟ ਹੀ ਪਹੁੰਚਦੇ ਸੀਗੇ, ਤਾਂ ਆਪਣੀ ਕਮਿਊਨਿਟੀ ਵਾਲੇ ਮੇਲਿਆਂ 'ਤੇ ਜ਼ਿਆਦਾ ਉਹਨਾਂ ਦਾ ਗੋਲ ਹੁੰਦੇ ਸੀ ਵੀ ਉਹ ਮੇਲੇ ਲੜਨੇ ਆ। ਤਾਂ ਹੁਣ ਤਾਂ ਆਪਣੇ ਜੂਨੀਅਰ ਨੈਸ਼ਨਲ ਮੁੰਡੇ ਬਹੁਤ ਵਰਲਡ ਚੈਂਪੀਅਨਸ਼ਿਪ ਘੁੜ ਰਹੇ ਆ, ਕਾਮਨਵੈਲਥ ਗੇਮਸ, ਤਾਂ ਆਪਣੀ ਕਮਿਊਨਿਟੀ ਇਜ਼ ਡੂਇੰਗ ਵੈਰੀ ਗੁੱਡ ਇਨ ਰੈਸਲਿੰਗ। ਰਵੀ ਨੇ 1997 ਵਿੱਚ ਇੰਡੀਆ ਵਿੱਚ ਹੋਈਆਂ ਕਾਮਨਵੈਲਥ ਖੇਡਾਂ ਵਿੱਚ ਸੋਨੇ ਦਾ ਤਗਮਾ ਹਾਸਲ ਕੀਤਾ। ਇਹ ਜਿੱਤ ਉਸਦੇ ਦੂਸਰੇ ਬਹੁਤ ਸਾਰੇ ਇਨਾਮਾਂ ਅਤੇ ਜਿੱਤਾਂ ਵਿੱਚ ਇੱਕ ਤਾਰੇ ਵਾਂਗੂ ਚਮਕਦੀ ਹੋਈ ਪ੍ਰਾਪਤੀ ਹੈ। 1997 ਦੇ ਵਿੱਚ ਪੂਨੇ ਹੋਈ ਸੀ ਕਾਮਨਵੈਲਥ ਚੈਂਪੀਅਨਸ਼ਿਪ, ਤਾਂ ਮੈਂ ਤਾਂ ਨਾਲ ਆਪਣਾ ਹੋਰ ਵੱਡਾ ਭਲਵਾਨ ਹੋਇਆ ਇੱਥੇ ਦਾ ਯੋਗੀ ਜੋਲ, ਤਾਂ ਦੋਨੇ ਗਏ ਸੀ, ਤਾਂ ਉੱਥੇ ਸਾਨੂੰ ਮੌਕਾ ਮਿਲਿਆ ਸੀ ਲੜਨ ਦਾ, ਤਾਂ ਦੋਨਾਂ ਨੇ ਗੋਲਡ ਮੈਡਲ ਜਿੱਤਿਆ ਸੀ। ਪਹਿਲਵਾਨੀ ਕਰਨੀ ਹਰ ਕਿਸੇ ਦੇ ਵੱਸ ਨਹੀਂ ਹੁੰਦੀ, ਬਹੁਤ ਸਾਦਾ ਪੱਧਰਾ ਜੀਵਨ ਜਿਉਣ ਦੇ ਨਾਲ ਨਾਲ ਆਪਣੇ ਆਪ ਨੂੰ ਨਿਯਮ ਵਿੱਚ ਬੰਨ੍ਹ ਕੇ ਕਸਰਤ ਅਤੇ ਖੁਰਾਕ ਦਾ ਧਿਆਨ ਹਰ ਸਮੇਂ ਰੱਖਣਾ ਪੈਂਦਾ ਹੈ। ਵਧੀਆ ਪਹਿਲਵਾਨ ਬਣਨ ਲਈ ਤਾਂ ਬਹੁਤ ਚੀਜ਼ਾਂ ਦੀ ਲੋੜ ਆ, ਤੁਹਾਡੇ ਨਾਲ ਦੇ ਬੰਦੇ ਜਿਹੜੇ ਤੁਹਾਡੀ ਸਪੋਰਟ ਕਰ ਰਹੇ ਆ ਉਹ ਚੰਗੇ ਚਾਹੀਦੇ ਆ, ਉਹਨਾਂ ਦੇ ਵੀ ਖਿਆਲ ਚੰਗੇ ਹੋਣ, ਤਾਂ ਜਿਹੜੀ ਤੁਹਾਡੀ ਸੁਸਾਇਟੀ ਆ, ਬੰਦਾ ਮਿਹਨਤ ਕਰਨ ਵਾਲਾ ਹੋਵੇ, ਡਿਸਪਲਿਨ 'ਚ ਰਹਿ ਕੇ ਆਪਣੀ ਪੂਰੀ ਮਿਹਨਤ ਕਰੇ, ਤਾਂ ਪਹਿਲਵਾਨੀ ਲਈ ਤਾਂ ਬਹੁਤ ਸਟ੍ਰਿਕਟ ਰਹਿਣਾ ਪੈਂਦਾ। ਪਹਿਲਵਾਨੀ ਤਾਂ ਇੱਦਾਂ ਆ ਵੀ ਤੁਹਾਨੂੰ ਟਾਈਮ ਥੋੜ੍ਹਾ ਸੈਕਰੀਫਾਈਸ ਕਰਨਾ ਪੈਂਦਾ, ਅਤੇ ਵੈਸੇ ਜਦੋਂ ਬਾਕੀ ਤੁਹਾਡੇ ਨਾਲ ਦੇ ਬਾਹਰ ਆਪਣੇ ਫਰੈਂਡਾਂ ਨਾਲ ਫਿਰਦੇ, ਪਹਿਲਵਾਨ ਤਾਂ ਉਸ ਵੇਲੇ ਆਪਣੇ ਮਿਹਨਤ 'ਚ ਜੁਟਾਇਆ ਹੁੰਦਾ, ਤਾਂ ਸੋ ਟਾਈਮ ਤਾਂ ਥੋੜ੍ਹਾ ਬਹੁਤ ਸੈਕਰੀਫਾਈਸ ਕਰਨਾ ਹੀ ਪੈਂਦਾ। ਰਵੀ ਨੇ ਆਪਣੀ ਕੁਸ਼ਤੀ ਦੇ ਸਿਰ 'ਤੇ ਸਾਰੀ ਦੁਨੀਆ ਵੀ ਘੁੰਮੀ, ਬਹੁਤ ਸਾਰੇ ਮੁਲਕਾਂ ਵਿੱਚ ਵਧੀਆ ਦੋਸਤ ਵੀ ਬਣਾਏ ਅਤੇ ਕਮਿਊਨਿਟੀ ਦਾ ਨਾਮ ਵੀ ਉੱਚਾ ਕੀਤਾ। ਇਹ ਸਾਰਾ ਕੁਝ ਪ੍ਰਾਪਤ ਕਰਨ ਲਈ ਉਸ ਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਤਿਆਗ ਵੀ ਕਰਨਾ ਪਿਆ। ਪਹਿਲਵਾਨੀ ਤਾਂ ਬਹੁਤ ਕੁਛ ਦਿੰਦੀ ਆ ਜਿਹੜਾ ਬੰਦਾ ਦਿਲ ਲਾ ਕੇ ਕਰਦਾ। ਤੁਹਾਡਾ ਪਹਿਲਾਂ ਤਾਂ ਕਮਿਊਨਿਟੀ ਦੇ ਵਿੱਚ ਨਾਂ ਹੁੰਦਾ, ਹਰੇਕ ਆਪਣੀ ਕਮਿਊਨਿਟੀ ਤੁਸੀਂ ਮੇਲੇ ਜਾਂਦੇ ਬੰਦੇ ਤੁਹਾਨੂੰ ਪਛਾਣਦੇ ਆ, ਤਾਂ ਸਪੋਰਟਸ ਫਿਗਰ ਦਾ ਇਹੀ ਫਾਇਦਾ ਹੈ, ਅਗਾਂਹ ਤੁਸੀਂ ਬੱਚਿਆਂ ਦਾ ਵੀ ਹੈਲਪ ਕਰ ਸਕਦੇ ਹੋ। ਹੁਣ ਰਵੀ ਰਿਟਾਇਰ ਹੋ ਕੇ ਵੀ ਪਹਿਲਵਾਨੀ ਤੋਂ ਦੂਰ ਨਹੀਂ ਗਿਆ। ਉਹ ਆਪਣੇ ਵਰਿਆਂ ਦੇ ਐਕਸਪੀਰੀਅੰਸ ਨੂੰ ਗੁਰੂ ਹਰਗੋਬਿੰਦ ਅਖਾੜੇ ਵਿੱਚ ਨਵੇਂ ਅਤੇ ਉੱਭਰ ਰਹੇ ਪਹਿਲਵਾਨਾਂ ਨੂੰ ਸਿਖਾ ਕੇ ਉਹਨਾਂ ਵਿੱਚ ਵੀ ਆਪਣੇ ਵਰਗੇ ਗੁਣ ਪੈਦਾ ਕਰ ਰਿਹਾ ਹੈ। ਰਿਟਾਇਰ ਹੋਏ ਨੂੰ ਮੈਨੂੰ ਤਕਰੀਬਨ ਹੁਣ 5-6 ਸਾਲ ਹੋ ਗਏ ਆ,
ਤਾਂ ਆਪਣੇ ਇੱਥੇ ਗੁਰੂ ਹਰਗੋਬਿੰਦ ਰੈਸਲਿੰਗ ਕਲੱਬ ਦੇ ਨਾਲ ਫੁੱਲ ਟਾਈਮ ਕੋਚਿੰਗ ਕਰਾ ਰਹੇ ਤਾਂ ਚਾਰ ਕੋਚ ਹੈਗੇ ਸਾਡੇ ਕੋਲ ਇਹ ਨਸੀਰ ਪਹਿਲਵਾਨ ਹਰਜੀਤ ਪਹਿਲਵਾਨ ਤਾਂ ਇਹ ਸਾਮਾ ਬੱਚਿਆਂ ਨੂੰ ਇਸ ਤਰ੍ਹਾਂ ਵੀ ਉਹ ਹੁਣ ਦੇਖਦੇ ਆ ਵੀ ਜਿਹੜੇ ਮੁੰਡੇ ਹੁਣ ਜੂਨੀਅਰ ਨੈਸ਼ਨਲ ਚੋਂ ਕੋਈ ਮੈਡਲ ਆ ਗਿਆ ਚਾਹੇ ਸੀਨੀਅਰ ਟੀਮ 'ਚ ਪਹਿਲਵਾਨ ਪਹੁੰਚਦੇ ਆ ਜਿਹੜੇ ਹੁਣ ਛੋਟੀ ਉਮਰ ਤੋਂ ਉਹ ਸੋਚਣ ਲੱਗ ਪੈਂਦੇ ਵੀ ਅਸੀਂ ਵੀ ਇਸ ਲੈਵਲ 'ਤੇ ਪਹੁੰਚਣਾ ਹੈਗਾ ਸੋ ਆਪਣੀ ਕਮਿਊਨਿਟੀ ਦਾ ਲੈਵਲ ਕਾਫੀ ਅਪ ਜਾ ਰਿਹਾ ਕਮਿਊਨਿਟੀ ਵਿੱਚ ਰੈਸਲਿੰਗ ਨੂੰ ਪ੍ਰਫੁੱਲਿਤ ਕਰਨ ਲਈ ਵੱਖ ਵੱਖ ਤਰ੍ਹਾਂ ਦੇ ਕੰਪੀਟੀਸ਼ਨ ਅਤੇ ਮੁਕਾਬਲੇ ਟਾਈਮ ਟਾਈਮ ਉੱਪਰ ਕਰਵਾਏ ਜਾਂਦੇ ਹਨ ਰਵੀ ਅਨੁਸਾਰ ਅਜਿਹੇ ਮੁਕਾਬਲੇ ਅਤੇ ਟੂਰਨਾਮੈਂਟ ਲੋਕਲ ਖਿਡਾਰੀਆਂ ਅਤੇ ਨਵੇਂ ਉੱਭਰ ਰਹੇ ਪਹਿਲਵਾਨਾਂ ਲਈ ਇੱਕ ਆਸ ਦੀ ਕਿਰਨ ਜਗਾਉਂਦੀਆਂ ਹਨ ਇਹ ਟੂਰਨਾਮੈਂਟ ਤਾਂ ਜਿੰਨੇ ਵੀ ਹੋ ਜਾਣ ਵੱਧਦੇ ਹੀ ਆ ਪਰ ਕਿਉਂ ਪਲੇਅਰਾਂ ਨੂੰ ਚਾਂਸ ਮਿਲਦਾ ਜਿਹੜੀ ਆਪਣੀ ਮਿਹਨਤ ਕੀਤੀ ਉਹ ਤਾਂ ਪਬਲਿਕ ਮੂਹਰੇ ਆਪਣੀਆਂ ਕੁਸ਼ਤੀਆਂ ਦਿਖਾਲਣ ਲਈ ਤਾਂ ਇਹ ਇੰਟਰਨੈਸ਼ਨਲ ਲੈਵਲ ਟੂਰਨਾਮੈਂਟ ਆਪਣੇ ਸਰੀ 'ਚ ਹੋਣਾ ਆਪਣੇ ਜਿਹੜੇ ਅਖਾੜਿਆਂ 'ਚ ਬੱਚੇ ਕਰ ਰਹੇ ਆ ਉਹਨਾਂ ਲਈ ਬਹੁਤ ਜ਼ਰੂਰੀ ਆ ਅਤੇ ਦੇਖਣ ਨੂੰ ਹਾਈ ਲੈਵਲ ਰੈਸਲਿੰਗ ਗੋਲਡੀ